ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਫਲੌਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਇਲਾਕੇ ਭਰ ਚੋਂ ਹਜ਼ਾਰਾਂ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਬਸਪਾ ਦੇ ਪੰਜਾਬ ਪ੍ਰਧਾਨ ਰਛਪਾਲ ਰਾਜੂ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, CPI ਤੋਂ ਭੁਪਿੰਦਰ ਸਾਂਬਰ, ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਆਪਣੇ ਕਾਰਜਕਾਲ ਵਿੱਚ ਸੂਬੇ ਦਾ ਕੁਝ ਨਹੀਂ ਸਵਾਰਿਆ। ਬੇਰੁਜ਼ਗਾਰੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਿਹਾ ਹੈ। ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਤੋਂ ਵਾਂਝੇ ਰੱਖ ਕੇ ਆਪਣੇ ਹੀ ਢਿੱਡ ਭਰੇ ਹਨ। ਉਨ੍ਹਾਂ ਕਿਹਾ ਕਿ ਇਸ ਸਭ 'ਤੇ ਕਾਬੂ ਪਾਉਣ ਲਈ 19 ਮਈ ਵਾਲੇ ਦਿਨ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਆਪਣਾ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ। ਇਸ ਮੌਕੇ ਬਾਬੂ ਸੁੰਦਰਪਾਲ, ਲਾਲ ਚੰਦ ਔਜਲਾ, ਸਰੂਪ ਸਿੰਘ ਕੜਿਆਣਾ, ਅੰਮ੍ਰਿਤ ਪੌਂਸਲੇ, ਤਰਲੋਕ ਸਿੰਘ ਵਿਰਕ, ਜਰਨੈਲ ਫਲੌਰ, ਗੁਰਵਿੰਦਰ ਸਿੰਘ ਰੰਗਰੇਟਾ, ਠੇਕੇਦਾਰ ਤੀਰਥ ਰਾਜਪੁਰਾ, ਸਤਪਾਲ ਵਿਰਕ, ਹਰਮੇਸ਼ ਗੜਾ, ਸੁਸ਼ੀਲ ਵਿਰਦੀ, ਕੁਲਦੀਪ ਫਲੌਰ, ਸੁਖਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਕਾਮਰੇਡ ਦੇਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ PDA ਦੇ ਵਰਕਰ ਮੌਜੂਦ ਸਨ। ਦੇਖੋ, ਜਿਹੜੀ ਪੂਰੇ ਪੰਜਾਬ ਦੇ ਵਿੱਚ PDA ਦੀ ਲਹਿਰ ਆ, ਔਰ ਜਲੰਧਰ ਦੇ ਵਿੱਚ ਵੀ ਜਿਹੜੀ PDA ਦੀ ਬਹੁਤ ਜ਼ਬਰਦਸਤ ਲਹਿਰ ਆ, ਇਸ ਕਰਕੇ ਜਿਹੜਾ ਪਹਿਲਾਂ ਸਾਡਾ ਰੋਡ ਸ਼ੋਅ ਅਸੀਂ ਫਲੌਰ ਦੇ ਵਿੱਚ ਕੀਤਾ ਆ, ਉਹ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਆ। ਹੁਣ ਅੱਜ ਜਿਹੜਾ ਜਲਸਾ ਹੈ, ਬਹੁਤ ਵੱਡੇ ਇਕੱਠ ਦੇ ਵਿੱਚ ਲੋਕ ਪਹੁੰਚੇ ਹਨ। ਇਸ ਤੋਂ ਪਹਿਲਾਂ ਅਸੀਂ ਜਲੰਧਰ ਦੀ ਬੂਟਾ ਮੰਡੀ ਵਿੱਚ ਵੱਡਾ ਇਕੱਠ ਕਰ ਚੁੱਕੇ ਹਾਂ। ਜਿੱਦਣ ਮੈਂ ਕਾਗਜ਼ ਦਾਖਲ ਕਰ ਗਿਆ ਸੀ, ਉੱਦਣ ਬਹੁਤ ਵੱਡਾ ਇਕੱਠ ਸੀਗਾ। ਰੋਜ਼ ਇੱਦਾਂ ਦੇ ਬਹੁਤ ਵੱਡੇ ਇਕੱਠ ਸ਼ਹਿਰ ਵਿੱਚ ਔਰ ਪੂਰੇ ਦਿਹਾਤੀ ਏਰੀਆ ਵਿੱਚ ਹੋ ਰਹੇ ਆ, ਜੋ ਇਹ ਸ਼ੋਅ ਕਰਦਾ ਆ ਵੀ BSP ਜਾਂ PDA ਬਹੁਤ ਵੱਡੇ ਮਾਰਜਨ ਇੱਥੋਂ ਜਿੱਤ ਰਹੀ ਹੈ। ਅੱਜ ਸ਼ਹਿਰ ਫਲੌਰ ਦੇ ਵਿੱਚ ਲੋਕ ਸਭਾ ਹਲਕਾ ਜਲੰਧਰ ਦੇ ਡੈਮੋਕ੍ਰੈਟਿਕ ਅਲਾਇੰਸ ਦੇ ਕੈਂਡੀਡੇਟ ਸ਼੍ਰੀਮਾਨ ਬਲਵਿੰਦਰ ਕੁਮਾਰ ਜੀ ਦੇ ਹੱਕ ਵਿੱਚ ਇੱਕ ਭਰਮੀ ਮੀਟਿੰਗ ਜਿਹੜੀ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹੈ। ਬੜੀ ਖੁਸ਼ੀ ਹੋਈ ਆ। ਇਸ ਮੀਟਿੰਗ ਦੇ ਵਿੱਚ ਡੈਮੋਕ੍ਰੈਟਿਕ ਅਲਾਇੰਸ ਦੀਆਂ ਸਾਰੀਆਂ ਜ਼ਿੰਮੇਵਾਰ ਧਿਰਾਂ ਨੇ ਹਿੱਸਾ ਲਿਆ ਅਤੇ ਇੱਥੋਂ ਦੇ ਸਾਰੇ ਪ੍ਰੋਗਰਾਮ ਦੇ ਵਿੱਚੋਂ ਇੱਕ ਨਤੀਜਾ ਨਿਕਲਦਾ ਕਿ ਪੰਜਾਬ ਦੇ ਵਾਸੀ ਜਿਹੜੇ ਨੇ ਉਹ ਅਕਾਲੀ ਕਾਂਗਰਸ ਭਾਜਪਾ ਤੋਂ ਖਫਾ ਹੋ ਚੁੱਕੇ ਨੇ ਅਤੇ ਤੀਜਾ ਬਦਲ ਚਾਹੁੰਦੇ ਨੇ। ਉਹ ਤੀਜਾ ਬਦਲ ਗਠਬੰਧਨ ਦੇ ਰੂਪ ਅੰਦਰ ਅਸੀਂ ਇਹਨੂੰ ਜਿਤਾਉਣ ਵਾਸਤੇ ਜ਼ੋਰ ਲਾ ਰਹੇ ਹਾਂ। ਸਮੂਹ NRI ਤਾਂ ਹੱਡੀ ਚੋਟੀ ਦਾ ਜ਼ੋਰ ਲਾ ਰਹੇ ਆ ਅਤੇ ਪੰਜਾਬ ਦੇ ਵਿੱਚ ਪੜ੍ਹਿਆ ਲਿਖਿਆ ਵਰਗ ਸਾਰੇ ਜਣੇ ਉਤਸ਼ਾਹ ਦੇ ਰਹੇ ਆ। ਜਲੰਧਰ ਲੋਕ ਸਭਾ ਸੀਟ ਤੋਂ ਸ਼੍ਰੀਮਾਨ ਬਲਵਿੰਦਰ ਕੁਮਾਰ, ਉਹਨਾਂ ਦੇ ਹੱਕ ਵਿੱਚ ਇਸ ਸਫਲ ਰੈਲੀ ਦੀਆਂ ਮੈਂ ਇਲਾਕਾ ਨਿਵਾਸੀਆਂ ਨੂੰ ਆਪ ਜੀ ਦੇ TV ਚੈਨਲ ਦੇ ਮਾਧਿਅਮ ਰਾਹੀਂ ਬਹੁਤ ਬਹੁਤ ਵਧਾਈਆਂ ਦਿੰਦਾ।